ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਰੋਸ ਨੂੰ ਦੇਖਦਿਆਂ ਬੀਜੇਪੀ ਲੀਡਰਾਂ ਨੂੰ ਘੇਰਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਫਲੈਕਸਾਂ ਬੋਰਡਾਂ ਤੇ ਕਾਲ ਖਮਲ ਕੇ ਰੋਸ ਜਤਾਇਆ ਗਿਆ। ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਪਰ ਸਰਕਾਰ ਟਸ ਤੋਂ ਮਸ ਨਜ਼ਰ ਨਹੀਂ ਆ ਰਹੀ ਹੈ, ਜਿਸ ਦੇ ਰੋਸ ਦੇ ਵਜੋਂ ਉਹਨਾਂ ਦੇ ਵੱਲੋਂ ਭਾਜਪਾ ਦੇ ਫਲੈਕਸਾਂ ਬੋਰਡਾਂ ਤੇ ਕਾਲ ਖਮਲੀ ਗਈ ਹੈ। ਸਾਹਿਬ ਜੀ, ਤੁਹਾਨੂੰ ਪਤਾ ਹੈ, ਸਾਰੇ ਇੰਡੀਆ ਨੂੰ ਪਤਾ ਹੈ ਵੀ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਸਾਡੇ ਉੱਤੇ ਥੋਪੇ ਨੇ, ਅਸੀਂ ਉਹਨਾਂ ਨੂੰ ਨਹੀਂ ਚਾਹੁੰਦੇ। ਅਸੀਂ ਤਾਂ ਇਹਨਾਂ ਅੱਗੇ ਹੱਥ ਜੋੜ ਕੇ ਬੜੀ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਇਹ ਕਾਲੇ ਕਾਨੂੰਨ ਵਾਪਸ ਲੈ ਜਾਣ, ਪਰ ਇਹ ਵਾਪਸ ਨਹੀਂ ਕਰਦੇ। ਇਸ ਕਰਕੇ ਸਾਨੂੰ ਮਜਬੂਰੀ ਹੋ ਕੇ ਇਹਨਾਂ ਦੇ ਮੂੰਹ ਕਾਲੇ ਕਰਨੇ ਪੈਂਦੇ ਪਏ ਨੇ। ਜੇ ਸਾਡੇ ਸਾਹਮਣੇ ਆ ਜਾਣ, ਅਸੀਂ ਇਹਨਾਂ ਦੇ ਗਲ ਦੇ ਵਿੱਚ ਛਿੱਤਰਾਂ ਦੇ ਹਾਰ ਵੀ ਪਾਵਾਂਗੇ, ਜਦਕਿ ਇਹ ਤਾਂ ਪੋਸਟਰ ਨੇ। ਜੇ ਸਾਹਮਣੇ ਆਉਂਦੇ ਨੇ ਤੇ ਅਸੀਂ ਇਹਨਾਂ ਨਾਲ ਛਿੱਤਰਾਂ ਦੇ ਹਾਰਾਂ ਨਾਲ ਸਵਾਗਤ ਕਰਾਂਗੇ। ਕਿਸਾਨ ਏਕਤਾ ਜਿੰਦਾਬਾਦ। ਕਿਸਾਨ ਯੂਨੀਅਨ ਪੰਜਾਬ ਵੱਲੋਂ ਜੋ ਮੋਦੀ ਸਰਕਾਰ ਦੇ ਜਿਹੜੇ ਆ ਬੀਜੇਪੀ ਨੇ ਪੋਸਟਰ ਲਾਏ ਸੀ, ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ, ਕਿਉਂਕਿ ਸਾਡੇ ਭਰਾ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਰੋਲ ਰਹੇ ਨੇ, ਔਰ ਇਹ ਦੀਵਾਲੀ ਦੇ ਔਰ ਆਪਦੇ ਜਸ਼ਨ ਮਨਾਉਣ ਲਈ ਇਹ ਜਿਹੜੇ ਇਹਨਾਂ ਪੋਸਟਰ ਲਾਏ ਨੇ। ਅਸੀਂ ਇਹਦਾ ਪਰਜੋਰ ਸ਼ਬਦਾਂ 'ਚ ਨਿੰਦਾ ਵੀ ਕਰਦੇ ਹਾਂ, ਅਤੇ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਮੋਦੀ ਸਰਕਾਰ ਨੇ, ਇਹਨੂੰ ਜਲਦੀ ਤੋਂ ਜਲਦੀ ਵਾਪਸ ਲਵੇ। ਇਹ ਸਾਡਿਆਂ ਜਿਹੜੇ ਜ਼ਖਮਾਂ 'ਤੇ ਆ ਨਮਕ ਨਾ ਛਿੜਕੇ, ਜੋ ਸਾਡੇ ਇਸ ਤਰ੍ਹਾਂ ਦੇ ਚੌਂਕਾਂ ਔਰ ਸਾਡੇ ਥਾਵਾਂ 'ਤੇ ਜਨਤਕ ਥਾਵਾਂ 'ਤੇ ਪੋਸਟਰ ਲਾ ਕੇ ਸਾਨੂੰ ਜਲਾਉਣ ਦੀ ਔਰ ਉਕਸਾਉਣ ਦਾ ਜਿਹੜਾ ਇਹ ਕੰਮ ਇਹ ਮੋਦੀ ਸਰਕਾਰ ਔਰ ਬੀਜੇਪੀ ਸਰਕਾਰ ਕਰ ਰਹੀ ਹੈ। ਕੀ ਨਾਂ ਤੁਹਾਡਾ? ਮੇਰਾ ਨਾਂ ਨਰਿੰਦਰ ਸਿੰਘ ਹੈ ਜੀ। ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਸ਼ਹਿਰੀ ਪ੍ਰਧਾਨ ਹਾਂ ਜੀ।